ਗੁਰਮੁਖ ਸਿੰਘ ਕੁਲਾਬਲੇਰ ਉੱਥੋਂ ਇਲੈਕਸ਼ਨ ਲੜਨਗੇ ਅਤੇ ਕੁਰਸੀ ਜਿੱਤ ਜਾਣਗੇ ਤਾਂ ਸਾਡੀ ਜਿਹੜੀ ਕੁਰਸੀ ਵਿਰਾਸਤੀ ਤੁਰੀ ਆਉਂਦੀ ਉਹ ਸਾਡੇ ਤੋਂ ਖੁਸ ਜੂ ਕਿਤੇ ਇਹ ਕਹਾਣੀ ਤਾਂ ਨਹੀਂ ਲੱਗਦੀ ਜਿੰਨੇ ਵੀ ਮਿਹਨਤ ਕੀਤੀ ਉਹਨੇ ਅੱਗੇ ਨਿਕਲ ਜਾਣਾ ਆ ਇਹਦੇ 'ਚ ਤਾਂ ਕੁਰਸੀ ਜਿਹੜੀ ਆ ਉਹ ਭਰਾਵਾਂ ਦੀ ਚੀਜ਼ ਆ ਉਹਨਾਂ ਨੇ ਭਰਾਵਾਂ ਨੂੰ ਹੀ ਪਤਾ ਉਹਨਾਂ ਨੇ ਕਿਹਦੇ ਸਿਰ 'ਤੇ ਤਾਜ ਰੱਖਣਾ ਅਤੇ ਕਿਹਦੇ ਸਿਰ ਤੋਂ ਤਾਜ ਲਾਉਣਾ ਕਹਿੰਦੇ ਨੇ ਵੀ ਟਿਕਟ ਹਮੇਸ਼ਾ ਜਾਂ ਪੱਗ ਹਮੇਸ਼ਾ ਵੱਡੇ ਦੇ ਸਿਰ 'ਤੇ ਰੱਖੀ ਜਾਂਦੀ ਹੈ ਤਾਂ ਉਹ ਟਿਕਟ ਤੁਹਾਨੂੰ ਮਿਲਦੀ ਸੀ ਸੁਖਪਾਲ ਕਿਵੇਂ ਲੈ ਇਹ ਤਾਂ ਜੋ ਪਾਰਟੀ ਨੇ ਫੈਸਲਾ ਕੀਤਾ ਆਪਾਂ ਉਹਦਾ ਸਿਰ ਮੱਥੇ 'ਤੇ ਸਵਾਗਤ ਕੀਤਾ ਰੌਲਾ ਇਸੇ ਗੱਲ ਦਾ ਪੈ ਗਿਆ ਸੀ ਇਸੇ ਕਰਕੇ ਟਿਕਟ ਲੇਟ ਹੋਈ ਸੀ ਅਤੇ ਟਿਕਟ ਲੇਟ ਦਾ ਕਾਰਨ ਵੀ ਇਹ ਸੀ ਵੀ ਅਨੂਪ ਕਹਿੰਦਾ ਸੀ ਮੈਨੂੰ ਆਉਣੀ ਚਾਹੀਦੀ ਸੁਖਪਾਲ ਕਹਿੰਦਾ ਸੀ ਮੈਨੂੰ ਆਉਣੀ ਚਾਹੀਦੀ ਵੀ ਲੰਮਾ ਤੁਹਾਡਾ ਸਮਾਂ ਪਿਛੋਕੜ ਜਿਹੜਾ ਤੁਹਾਡਾ ਕਾਂਗਰਸ ਦੇ ਨਾਲ ਜੁੜਿਆ ਹੋਇਆ ਜੀ ਉਸ ਤੋਂ ਬਾਅਦ ਸੁਖਪਾਲ ਭੁੱਲਰ ਵੀ ਉੱਧਰ ਰਿਹਾ ਤੁਹਾਡੀ ਵੀ ਸਟਾਰਟਿੰਗ ਦੇ ਵਿੱਚ ਜੋ ਤੁਹਾਡੇ ਫਾਦਰ ਸਾਹਿਬ ਰਾਜਨੀਤਿਕ ਦੇ ਵਿੱਚ ਸੀ ਮੋਹਰੀ ਕਰਤਾ ਕਰਤਾ ਤੁਸੀਂ ਰਹੇ ਸੀ ਜਿੱਥੇ ਫੋਨ ਲਾਉਣਾ ਜੋ ਕੰਮ ਕਰਨਾ ਫਾਦਰ ਸਾਹਿਬ ਦਾ ਤੁਸੀਂ ਕਰਦੇ ਹੁੰਦੇ ਸੀ ਤਾਂ ਉਸ ਤੋਂ ਬਾਅਦ ਬੀਜੇਪੀ ਦੇ ਵਿੱਚ ਜਾਣਾ ਬਾਪੂ ਜੀ ਦੇ ਨਾਲ ਸਲਾਹ ਹੋਈ ਸੀ ਇਹ ਸਾਡੀਆਂ ਅੰਦਰ ਦੀਆਂ ਗੱਲਾਂ ਆ ਉਹ ਤੁਸੀਂ ਰਹਿਣ ਦਿਓ ਜਿਹੜੇ ਜਿਹੜੇ ਪੁਰਾਣੇ ਲੀਡਰ ਨਾਲ ਜੁੜੇ ਉਹਨਾਂ ਦੀ ਪਹੁੰਚ ਛੱਡ ਕਰ ਰਹੀ ਹੈ ਰੇਡਾਂ ਹੋ ਰਹੀਆਂ ਨੇ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਤੋਂ ਬਚਣ ਲਈ ਜਿਹੜੇ ਪੁਰਾਣੇ ਚਿੱਟ ਕੱਪੜੀ ਜਿਹਨਾਂ ਨੂੰ ਕਹਿ ਲੈਂਦੇ ਵੀ ਜਾਂ ਲੋਕਾਂ ਦਾ ਕਹਿੰਦਾ ਵੀ ਉਹ ਕਹਿੰਦੇ ਨੇ ਤਾਂ ਇਹ ਬੀਜੇਪੀ 'ਚ ਸ਼ਾਮਿਲ ਹੋ ਰਹੇ ਨੇ ਆਪਣਾ ਤਾਂ ਬਸਤਾ ਸਭ ਤੋਂ ਹੌਲਾ ਬਸਤਾ ਹੈ ਜੀ ਸਾਫ਼ ਸੁਥਰਾ ਬਸਤਾ ਪਿਛਲੇ 30 ਸਾਲਾਂ ਦੇ ਵਿੱਚ ਜਿੱਥੇ ਮਰਜ਼ੀ ਖੰਗਾਲ ਲਓ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਾਰਿਆਂ ਦਾ ਮੈਂ ਹਾਂ ਗੁਰਚੇਤ ਸਿੰਘ ਔਲ ਦੋਸਤੋ ਰਾਜਨੀਤੀ ਤਾਂ ਗੱਲ ਕਰ ਲਈਏ ਹਾਲਾਂਕਿ ਬਾਈ ਦੀਆਂ ਇਲੈਕਸ਼ਨਾਂ ਲੰਘ ਕੇ ਗਈਆਂ ਨੇ ਔਰ ਉਸ ਤੋਂ ਬਾਅਦ ਬੀਜੇਪੀ ਦੇ ਵਿੱਚ ਜਾਂ ਕਾਂਗਰਸ ਦਾ ਹੋਵੇ ਚਾਹੇ ਅਕਾਲੀ ਦਲ ਦਾ ਹੋਵੇ ਤਾਂ ਵੱਡਾ ਉਥਲ ਪੁਥਲ ਹੋਣਾ ਸਟਾਰਟ ਹੋ ਗਿਆ ਸੋ ਅੱਜ ਮੇਰੇ ਨਾਲ ਅਨੂਪ ਸਿੰਘ ਭੁੱਲਰ ਨੇ ਔਰ ਇਹਨਾਂ ਦਾ ਪਿਛੋਕੜ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਇੱਥੋਂ ਦੇ ਸਾਬਕਾ ਮੰਤਰੀ ਹਲਕਾ ਖੇਮਕਰਨ ਦੇ ਗੁਰਚੇਤ ਸਿੰਘ ਭੁੱਲਰ ਔਰ ਉਹਨਾਂ ਤੋਂ ਬਾਅਦ ਜਿਹੜੀ ਸੀਟ ਮਿਲਦੀ ਹੈ ਜੀ ਉਹ ਸੁਖਪਾਲ ਸਿੰਘ ਭੁੱਲਰ ਨੂੰ ਮਿਲਦੀ ਹੈ ਔਰ ਉਹਨਾਂ ਦੇ ਹੀ ਵੱਡੇ ਭਰਾ ਨੇ ਅਨੂਪ ਸਿੰਘ ਭੁੱਲਰ ਥੋੜ੍ਹੇ ਦਿਨ ਪਹਿਲਾਂ ਹੀ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਾਲਾਂਕਿ ਦੇਖਿਆ ਜਾਵੇ ਤਾਂ ਪਿਛੋਕੜ ਵਧੀਆ ਸੀ ਕਾਂਗਰਸ ਦੇ ਨਾਲ ਜੁੜੇ ਹੋਏ ਸੀ ਮੰਤਰੀ ਵੀ ਰਹੇ ਨੇ MLA ਵੀ ਲਗਾਤਾਰ ਰਹੇ ਨੇ ਔਰ ਦੂਜੇ ਪਾਸੇ ਵਿਰਸਾ ਸਿੰਘ ਬਟੂਆ ਅਤੇ ਹੋਰ ਥੋੜ੍ਹੇ ਦਿਨ ਪਹਿਲਾਂ ਹੀ ਉੱਧਰ ਬੀਜੇਪੀ ਦੇ ਵਿੱਚ ਗੁਰਮੁਖ ਸਿੰਘ ਕੁਲਾਬਲੇਰ ਸ਼ਾਮਿਲ ਹੁੰਦੇ ਨੇ ਸੋ ਕਿਤੇ ਨਾ ਕਿਤੇ ਗੱਲਾਂ ਜਹਿਣ ਦੇ ਵਿੱਚ ਜ਼ਰੂਰ ਆਉਂਦੀਆਂ ਨੇ ਹਾਲਾਂਕਿ ਕੁਰਸੀ ਖੁੱਸਦੀ ਵੀ ਨਜ਼ਰ ਆਉਂਦੀ ਦਿਖਦੀ ਹੈ ਕਿਤੇ ਨਾ ਕਿਤੇ ਸੋ ਅਰੂਪ ਜੀ ਹੁਣਾਂ ਦੇ ਨਾਲ ਗੱਲਬਾਤ ਕਰਾਂਗੇ ਅਨੂਪ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਔਲਖ ਸਾਹਿਬ ਅਨੂਪ ਜੀ ਜੇ ਗੱਲ ਕਰ ਲਈਏ ਲੋਕਾਂ ਦੇ ਪੱਖੀ ਲੋਕਾਂ ਨੂੰ ਇਹ ਲੱਗਦਾ ਵੀ ਸ਼ਾਇਦ ਇਹ ਭਰਾ ਭਰਾ ਤਾਂ ਇਕੱਠੇ ਹੀ ਸੀ ਜੋ ਪਹਿਲਾਂ ਹੋਇਆ ਤਾਂ ਸਾਰਿਆਂ ਨੂੰ ਪਤਾ ਪਰ ਉਹ ਫਿਰ ਵੀ ਕਿਤੇ ਨਾ ਕਿਤੇ ਇਹ ਲੱਗਦਾ ਵੀ ਜਿਵੇਂ ਹੁਣ ਇਸ ਸਮੇਂ ਦੇਖਿਆ ਜਾਵੇ ਤਾਂ ਟੱਕਰ ਬੀਜੇਪੀ ਦੀ ਅਤੇ ਆਮ ਆਦਮੀ ਪਾਰਟੀ ਦੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਤਾਂ ਉੱਥੇ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਵੀ ਗੱਲ ਆਉਂਦੀ ਹੈ ਵੀ ਸ਼ਾਇਦ ਕੁਰਸੀ ਖੁਸਰੀ ਨਜ਼ਰ ਆਉਂਦੀ ਲੱਗਦੀ ਸੀ ਵੀ ਸ਼ਾਇਦ ਗੁਰਮੁਖ ਸਿੰਘ ਕੁਲਾਬਲੇਰ ਉੱਥੋਂ ਇਲੈਕਸ਼ਨ ਲੜਨਗੇ ਅਤੇ ਕੁਰਸੀ ਜਿੱਤ ਜਾਣਗੇ ਤਾਂ ਸਾਡੀ ਜਿਹੜੀ ਕੁਰਸੀ ਵਿਰਾਸਤੀ ਤੁਰੀ ਆਉਂਦੀ ਉਹ ਸਾਡੇ ਤੋਂ ਖੁਸ ਜੂ ਕਿਤੇ ਇਹ ਕਹਾਣੀ ਤਾਂ ਨਹੀਂ ਲੱਗਦੀ ਇਹੋ ਜਿਹੀ ਕੋਈ ਕਹਾਣੀ ਨਹੀਂ ਇਹ ਤਾਂ ਹਰ ਇੱਕ ਬੰਦੇ ਨੇ ਆਪਣੀ ਸੋਚ ਦੇ ਮੁਤਾਬਕ ਕੰਮ ਕਰਨਾ ਹੈ ਆਪਣੀ ਸੋਚ ਦੇ ਮੁਤਾਬਕ ਉਹਨਾਂ ਨੇ ਪਾਰਟੀ ਦੇ ਵਿੱਚ ਜਾਣਾ ਹੈ ਜਿੰਨੇ ਵੀ ਮਿਹਨਤ ਕੀਤੀ ਉਹਨੇ ਅੱਗੇ ਨਿਕਲ ਜਾਣਾ ਆ ਇਹਦੇ 'ਚ ਤਾਂ ਕੁਰਸੀ ਜਿਹੜੀ ਆ ਉਹ ਭਰਾਵਾਂ ਦੀ ਚੀਜ਼ ਆ ਉਹਨਾਂ ਨੇ ਭਰਾਵਾਂ ਨੂੰ ਹੀ ਪਤਾ ਉਹਨਾਂ ਨੇ ਕਿਹਦੇ ਸਿਰ 'ਤੇ ਤਾਜ ਰੱਖਣਾ ਅਤੇ ਕਿਹਦੇ ਸਿਰ ਤੋਂ ਤਾਜ ਲਾਉਣਾ ਤਾਂ ਭੁੱਲਰ ਜੀ ਜਿਵੇਂ ਕਿਹਾ ਜਾਂਦਾ ਵੀ ਹਮੇਸ਼ਾ ਵਿਰਾਸਤ ਦੇ ਵਿੱਚ ਹੀ ਲਾ ਲਓ ਕਹਿੰਦੇ ਨੇ ਵੀ ਟਿਕਟ ਹਮੇਸ਼ਾ ਜਾਂ ਪੱਗ ਹਮੇਸ਼ਾ ਵੱਡੇ ਦੇ ਸਿਰ 'ਤੇ ਰੱਖੀ ਜਾਂਦੀ ਹੈ ਤਾਂ ਉਹ ਟਿਕਟ ਤੁਹਾਨੂੰ ਮਿਲਦੀ ਸੀ ਸੁਖਪਾਲ ਕਿਵੇਂ ਲੈ ਇਹ ਤਾਂ ਪਾਰਟੀ ਹਾਈਕਮਾਂਡ ਦਾ ਫੈਸਲਾ ਜੀ ਮੈਂ ਇਹਦੇ ਬਾਰੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ ਇਹ ਤਾਂ ਜੋ ਪਾਰਟੀ ਨੇ ਫੈਸਲਾ ਕੀਤਾ ਆਪਾਂ ਉਹਦਾ ਸਿਰ ਮੱਥੇ 'ਤੇ ਸਵਾਗਤ ਕੀਤਾ ਨਹੀਂ ਵੈਸੇ ਅੰਦਰ ਦੀਆਂ ਗੱਲਾਂ ਤਾਂ ਇਹ ਵੀ ਹੈਗੀਆਂ ਨੇ ਕਹਿੰਦੇ ਵੀ ਟਿਕਟ ਐਲਾਨ ਹੋ ਗਈ ਸੀ ਅਨੂਪ ਜੀ ਨੂੰ ਪਰ ਰੌਲਾ ਇਸੇ ਗੱਲ ਦਾ ਪੈ ਗਿਆ ਸੀ ਇਸੇ ਕਰਕੇ ਟਿਕਟ ਲੇਟ ਹੋਈ ਸੀ ਅਤੇ ਟਿਕਟ ਲੇਟ ਦਾ ਕਾਰਨ ਵੀ ਇਹ ਸੀ ਵੀ ਅਨੂਪ ਕਹਿੰਦਾ ਸੀ ਮੈਨੂੰ ਆਉਣੀ ਚਾਹੀਦੀ ਸੁਖਪਾਲ ਕਹਿੰਦਾ ਸੀ ਮੈਨੂੰ ਆਉਣੀ ਚਾਹੀਦੀ ਇਹ ਤਾਂ ਪਾਰਟੀ ਹਾਈਕਮਾਂਡ ਹੀ ਦੱਸ ਸਕਦੀ ਸੀ ਕਿਹਨੂੰ ਅਲਾਟ ਕੀਤੀ ਹੈ ਅਤੇ ਕਿਹਨੂੰ ਨਹੀਂ ਅਲਾਟ ਕੀਤੀ ਮੈਂ ਇਹਦੇ ਬਾਰੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ ਅੱਛਾ ਹੁਣ ਹਾਲਾਂਕਿ ਬੀਜੇਪੀ 'ਚ ਜਾਣ ਦਾ ਕਾਰਨ ਕੀ ਰਿਹਾ ਵੀ ਪਰਿਵਾਰ ਦੇ ਨਾਲ ਸਲਾਹ ਮਸ਼ਵਰਾ ਹੋਇਆ ਤਾਂ ਇਹਦੇ ਵਿੱਚ ਜਾਣ ਨੂੰ ਵੀ ਕਹਿੰਦੇ ਲੰਮਾ ਸਮਾਂ ਲੱਗਦਾ ਜੀ ਨਹੀਂ ਮੇਰੇ ਵਾਸਤੇ ਤਾਂ ਕੋਈ ਲੰਬਾ ਸਮਾਂ ਨਹੀਂ ਲੱਗਿਆ ਜੀ ਮੈਂ ਤਾਂ ਅੱਜ ਤੋਂ ਕੋਈ 10-15 ਦਿਨ ਪਹਿਲਾਂ ਹੀ ਪਾਰਟੀ ਹਾਈਕਮਾਂਡ ਦੇ ਨਾਲ ਗੱਲ ਕੀਤੀ ਅਤੇ ਨਾਲ ਹੀ ਮੈਨੂੰ ਹਫ਼ਤੇ 10 ਦਿਨਾਂ ਬਾਅਦ ਮੈਸੇਜ ਆ ਗਿਆ ਕਿ ਆਪਾਂ ਫਲਾਂ ਦਿਨ ਨੂੰ ਤੁਸੀਂ ਅੰਮ੍ਰਿਤਸਰ ਆ ਕੇ ਜੁਆਇਨ ਕਰੋ ਔਰ ਮੇਰੇ ਮਨ ਦੀ ਖਾਹਿਸ਼ ਵੀ ਸੀਗੀ ਜੇ ਮੈਂ ਜੁਆਇਨ ਕਰਾਂ ਦਿੱਲੀ ਨਾ ਕਰਾਂ ਚੰਡੀਗੜ੍ਹ ਨਾ ਕਰਾਂ ਜਾਂ ਤਰਨ ਤਾਰਨ ਕਰਾਂ ਜਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਕਰਾਂ ਸੋ ਇਸ ਕਰਕੇ ਮੈਨੂੰ ਉਹਨਾਂ ਨੇ ਜਿਸ ਦਿਨ ਉਹਨਾਂ ਦਾ ਅੰਮ੍ਰਿਤਸਰ ਸ਼ੇਖਾਵਤ ਜੀ ਦਾ ਪ੍ਰੋਗਰਾਮ ਬਣਿਆ ਉਹਨਾਂ ਨੇ ਮੈਨੂੰ ਮੈਸੇਜ ਭੇਜ ਤਾ ਅਤੇ ਮੈਂ ਜਾ ਕੇ ਉੱਥੇ ਪਾਰਟੀ ਜੁਆਇਨ ਕੀਤੀ ਤਾਂ ਅਨੂਪ ਜੀ ਜਿਵੇਂ ਗੱਲ ਕਰਦੇ ਤੁਹਾਡੇ ਹਲਕੇ ਖੇਮ ਕਰਨ ਦੀ ਵੀ ਲੰਮਾ ਤੁਹਾਡਾ ਸਮਾਂ ਪਿਛੋਕੜ ਜਿਹੜਾ ਤੁਹਾਡਾ ਕਾਂਗਰਸ ਦੇ ਨਾਲ ਜੁੜਿਆ ਹੋਇਆ ਜੀ ਉਸ ਤੋਂ ਬਾਅਦ ਸੁਖਪਾਲ ਭੁੱਲਰ ਵੀ ਉੱਧਰ ਰਿਹਾ ਤੁਹਾਡੀ ਵੀ ਸਟਾਰਟਿੰਗ ਦੇ ਵਿੱਚ ਜੋ ਤੁਹਾਡੇ ਫਾਦਰ ਸਾਹਿਬ ਰਾਜਨੀਤਿਕ ਦੇ ਵਿੱਚ ਸੀ ਮੋਹਰੀ ਕਰਤਾ ਕਰਤਾ ਤੁਸੀਂ ਰਹੇ ਸੀ ਜਿੱਥੇ ਫੋਨ ਲਾਉਣਾ ਜੋ ਕੰਮ ਕਰਨਾ ਫਾਦਰ ਸਾਹਿਬ ਦਾ ਤੁਸੀਂ ਕਰਦੇ ਹੁੰਦੇ ਸੀ
तो उस तो बाद बीजेपी दे बेचे जाना बापू जी दे नाल सलाह हुई सी ये साड़ी अंदर दियां गल्लां आ ओ तुसी रहन दियो ओ फिर किसे दिन मौका लगा तो जरूर डिस्कस करांगे नहीं तो अंदर दियां अंदर ही रहन तो ज्यादा सोहनिया लगदियां ने ते वैसे आपसी जी भरावां दे विच जिहड़ा तालमेल आ ओ किवें मैं साड़ी कोई आपसी टसल नहीं साड़ी सिर्फ सियासी लड़ाई आपस दे विच ओ भरावां दी चीज़ आ भरावां ने जिन्हां दे नाल चलना है ਉਹਦੇ ਨਾਲ ਭਰਾਵਾਂ ਨੇ ਤੁਰ ਪੈਣਾ ਅੱਛਾ ਭਰਾ ਦੇ ਨਾਲ ਸਿਆਣੇ ਕਹਿੰਦੇ ਹੁੰਦੇ ਥੋੜਾ ਜਿਹਾ ਔਖਾ ਹੋ ਜਾਂਦਾ ਉਹ ਰਾਜਨੀਤੀ ਵਿੱਚ ਘਰ ਦਾ ਕੰਮ ਹੋਵੇ ਤਾਂ ਭਰਾ ਦੇ ਨਾਲ ਭਰਾ ਲੜੂ ਕਿਵੇਂ ਇਹ ਤੇ ਲੋਕਾਂ ਲੜਾਈ ਲੜਨੀ ਹੈ ਜੀ ਮੇਰੀ ਤਾਂ ਆਪਦੀ ਇੱਕ ਹੀ ਵੋਟ ਹੈ ਇੱਕ ਹੀ ਉਹਦੀ ਆ ਬਾਕੀ ਵੋਟਾਂ ਤਾਂ ਸਾਰੇ ਲੋਕਾਂ ਦੀਆਂ ਨੇ ਉਹਨਾਂ ਨੇ ਪਾਉਣੀਆਂ ਨੇ ਉਹਨਾਂ ਨੂੰ ਜਿਹੜੀ ਪਾਰਟੀ ਦੀ ਪਾਲਿਸੀ ਪਸੰਦ ਆਊਗੀ ਉਹਨਾਂ ਨੂੰ ਹੀ ਉਹਨਾਂ ਨੇ ਵੋਟ ਪਾਉਣੀ ਫਿਰ ਤੁਸੀਂ ਆਪਣੇ ਹਲਕੇ ਲਈ ਕੀ ਨਵਾਂ ਵੱਖਰਾ ਕਰੋ ਮੇਰੇ ਹਲਕੇ ਦੇ ਵਿੱਚ ਜੋ ਮੈਂ ਆਪ ਮਹਿਸੂਸ ਕੀਤਾ ਹੈ ਉਹ ਦੋ ਤਿੰਨ ਸਾਡੀਆਂ ਬਹੁਤ ਵੱਡੇ ਮੁੱਦੇ ਨੇ ਸਭ ਤੋਂ ਵੱਡਾ ਮੁੱਦਾ ਜਿਹੜਾ ਸਾਡੇ ਇਲਾਕੇ ਦੇ ਵਿੱਚ ਹੈਗਾ ਉਹ ਹੀਰੋਇਨ ਤੇ ਸਮੈਕ ਦਾ ਮੁੱਦਾ ਹੈ ਦੂਸਰਾ ਮੁੱਦਾ ਜਿਹੜਾ ਆ ਉਹ ਸਾਡੇ ਇੱਥੇ ਅਨਇੰਪਲੋਇਮੈਂਟ ਦਾ ਮੁੱਦਾ ਹੈ ਐਜੂਕੇਸ਼ਨ ਦਾ ਮੁੱਦਾ ਹੈ ਔਰ ਜਿਹੜਾ ਇਸ ਵੇਲੇ ਹਾਲਾਤ ਬਣ ਰਹੇ ਨੇ ਜਿਹੜਾ ਸਮੁੱਚੇ ਪੰਜਾਬ 'ਚ ਹੀ ਜਾਂ ਪਹਿਲਾਂ ਇਹ ਦੁਆਬੇ 'ਚ ਹੁੰਦਾ ਸੀਗਾ ਫਿਰ ਇਹਦਾ ਅਸਰ ਥੋੜ੍ਹਾ ਜਿਹਾ ਮਾਲਵੇ 'ਚ ਆਇਆ ਹੁਣ ਮਾਝੇ ਦੇ ਵਿੱਚ ਆਇਆ ਇੱਥੋਂ ਦੇ ਲੋਕ ਜਿਹੜੇ ਨੇ ਉਹ ਸਾਰੇ ਇਸ ਵੇਲੇ ਬਹੁਤ ਜ਼ਿਆਦਾ ਕ੍ਰੇਜ਼ੀ ਕਹਿ ਲਓ ਜਾਂ ਉਹਨਾਂ ਦੀ ਬਹੁਤ ਜ਼ਿਆਦਾ ਦੌੜ ਲੱਗ ਗਈ ਆ ਕਿ ਅਸੀਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਵੱਖਰੇ ਵੱਖਰੇ ਮੁਲਕਾਂ 'ਚ ਅਸੀਂ ਪਹੁੰਚਣਾ ਆ ਔਰ ਉਹਦੇ ਦੌੜ ਦੇ ਵਿੱਚ ਕਈਆਂ ਦੇ ਵਿਚਾਰਿਆਂ ਦੇ ਪੈਸੇ ਵੀ ਡੁੱਬ ਰਹੇ ਆ ਕਈਆਂ ਦੇ ਵਿਚਾਰਿਆਂ ਦੇ ਨੁਕਸਾਨ ਵੀ ਹੋ ਰਿਹਾ ਕਈਆਂ ਦੇ ਵਿਚਾਰਿਆਂ ਦੇ ਰਿਸ਼ਤੇ ਵੀ ਟੁੱਟ ਰਹੇ ਨੇ ਇਸ ਗੱਲ ਦੇ ਉੱਤੇ ਆ ਕੇ ਮੈਂ ਚਾਹੁੰਦਾ ਕੋਈ ਇਹੋ ਜਿਹਾ ਸਿਸਟਮ ਬਣੇ ਇਹੋ ਜਿਹਾ ਕੋਈ ਪਾਲਿਸੀਆਂ ਲੈ ਆਈਏ ਜਿਹਦੇ ਨਾਲ ਸਾਡੇ ਸਾਰੇ ਲੋਕਾਂ ਦਾ ਨੁਕਸਾਨ ਹੋਣੋਂ ਬਚ ਗਿਆ ਵੈਸੇ ਅਨੂਪ ਜੀ ਕਹਿੰਦੇ ਨੇ ਵੀ ਹੁਣ ਸਰਕਾਰ ਬਦਲੀ ਆਮ ਆਦਮੀ ਪਾਰਟੀ ਆਈ ਸੱਤਾ ਦੇ ਵਿੱਚ ਤਾਂ ਇਹ ਜਿਹੜੀਆਂ ਪੁਰਾਣੇ ਸੀ ਜਿਹੜੇ ਜਿਹੜੇ ਪੁਰਾਣੇ ਲੀਡਰ ਨਾਲ ਜੁੜੇ ਉਹਨਾਂ ਦੀ ਪਹੁੰਚ ਛਣ ਕਰ ਰਹੀ ਹੈ ਰੇਡਾਂ ਹੋ ਰਹੀਆਂ ਨੇ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਤੋਂ ਬਚਣ ਲਈ ਜਿਹੜੇ ਪੁਰਾਣੇ ਚਿੱਟ ਕੱਪੜੀ ਜਿਹਨੂੰ ਕਹਿ ਲੈਂਦੇ ਵੀ ਜਾਂ ਲੋਕਾਂ ਦਾ ਕਹਿੰਦਾ ਵੀ ਉਹ ਕਹਿੰਦੇ ਨੇ ਤਾਂ ਇਹ ਬੀਜੇਪੀ 'ਚ ਸ਼ਾਮਿਲ ਹੋ ਰਹੇ ਨੇ ਤਾਂ ਇਹ ਲੋਕ ਦੂਜੀਆਂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਿਲ ਹੋ ਰਹੇ ਆਪਣਾ ਤਾਂ ਬਸਤਾ ਸਭ ਤੋਂ ਹੌਲਾ ਬਸਤਾ ਹੈ ਜੀ ਸਾਫ਼ ਸੁਥਰਾ ਬਸਤਾ ਪਿਛਲੇ 30 ਸਾਲਾਂ ਦੇ ਵਿੱਚ ਜਿੱਥੇ ਮਰਜ਼ੀ ਖੰਗਾਲ ਲਓ ਓਪਨ ਹੋਕਾ ਆ ਕੋਈ ਆ ਕੇ ਬਾਹਰ ਆ ਕੇ ਆਏ ਤਾਂ ਕਵੇ ਕਿ ਮੇਰੇ ਤੋਂ ਫਲਾਣੀ ਥਾਂ 'ਤੇ ਇਹਨੇ ਕਰਪਸ਼ਨ ਕੀਤੀ ਆ ਜਾਂ ਕੋਈ ਗੱਲ ਕੀਤੀ ਆ ਐਨ ਦੇਖੋ ਜੇ ਸਾਫ਼ ਅਤੇ ਚਿੱਟੀ ਪੱਗ ਮੇਰੇ ਫਾਦਰ ਦੀ ਸੀ ਉਹੀ ਸਾਫ਼ ਅਤੇ ਚਿੱਟੀ ਪੱਗ ਅੱਜ ਮੇਰੀ ਵੀ ਹੈ ਤੁਹਾਡੇ ਫਿਰ ਜੇ ਮੰਨ ਲਓ ਟਿਕਟ ਮਿਲਦੀ ਹੈ ਵੈਸੇ ਪੋਸਟਾਂ ਤਾਂ ਲਗਾਤਾਰ ਸ਼ੇਅਰ ਹੋ ਰਹੀਆਂ ਨੇ ਕੋਈ ਕਹਿੰਦਾ ਜੀ ਗੁਰਮੇਲ ਸਿੰਘ ਕੁਲਾਬਲੇਰ ਪੱਟੀ ਤੋਂ ਆਊਗਾ ਅਤੇ ਅਨੂਪ ਜੀ ਖੇਮਕਰਨ ਹਲਕੇ ਤੋਂ ਲੜਨਗੇ ਇਹੋ ਜਿਹਾ ਕੁਛ ਸਪਸ਼ਟ ਹੋਇਆ ਜੀ ਨਹੀਂ ਇਹ ਤਾਂ ਪਾਰਟੀ ਹਾਈਕਮਾਂਡ ਦਾ ਫੈਸਲਾ ਹੈ ਜੀ ਪਾਰਟੀ ਨੇ ਕਿਹਨੂੰ ਕਿੱਥੇ ਟਿਕਟ ਦੇਣੀ ਆ ਨਹੀਂ ਦੇਣੀ ਸਾਡੇ ਤੋਂ ਪਾਰਟੀ ਦਾ ਕੰਮ ਕਰਾਉਣਾ ਆ ਸਾਡੇ ਤੋਂ ਕੋਈ ਆਰਗੇਨਾਈਜੇਸ਼ਨ ਦਾ ਕੰਮ ਕਰਾਉਣਾ ਆ ਆਪਾਂ ਤਾਂ ਪਾਰਟੀ ਦੇ ਉੱਤੇ ਆ ਜੋ ਵੀ ਪਾਰਟੀ ਦਾ ਫੈਸਲਾ ਮੇਰੇ ਸਿਰ ਮੱਥੇ 'ਤੇ ਪਹਿਲਾਂ ਵੀ ਜਿੰਨਾ ਚਿਰ ਕਾਂਗਰਸ 'ਚ ਰਹੇ ਆ ਉਹਦਾ ਵੀ ਹਰ ਫੈਸਲਾ ਆਪਦੇ ਸਿਰ ਮੱਥੇ 'ਤੇ ਮੰਨਿਆ ਇਹਦਾ ਵੀ ਫੈਸਲਾ ਜੋ ਵੀ ਪਾਰਟੀ ਦਾ ਫੈਸਲਾ ਹੋਊਗਾ ਇੱਕ ਵਫਾਦਾਰ ਸਿਪਾਹੀ ਦੇ ਤੌਰ 'ਤੇ ਲੜਾਂਗੇ ਜੋ ਵੀ ਪਾਰਟੀ ਦਾ ਫੈਸਲਾ ਹੋਊਗਾ ਆਪਣੇ ਸਿਰ ਮੱਥੇ 'ਤੇ ਅਨੂਪ ਜੀ ਜਿਵੇਂ ਤੁਸੀਂ ਪਹਿਲਾਂ ਕਾਂਗਰਸ ਦੇ ਨਾਲ ਸੰਬੰਧ ਰਹੇ ਹੈ ਨਾ ਵੀ ਉਸ ਸਮੇਂ ਵੀ ਨਸ਼ਾ ਬਹੁਤ ਵਿਕਦਾ ਰਿਹਾ ਤਾਂ ਚਾਹੇ ਆਮ ਆਦਮੀ ਪਾਰਟੀ ਵੀ ਆ ਗਈ ਤਾਂ ਵੀ ਨਸ਼ਾ ਉਹ ਦੀ ਉਹ ਹੀ ਤਿਉਂ ਦੀ ਤਿਉਂ ਹੀ ਸਾਡੇ ਮਾਝੇ ਦੇ ਵਿੱਚ ਸਭ ਤੋਂ ਵੱਧ ਨਸ਼ਾ ਮਿਲਦਾ ਤਾਂ ਜੇ ਤੁਹਾਡੇ ਵਿਰੋਧੀ ਧਿਰ ਪਾਰਟੀ ਦੀ ਗੱਲ ਕਰ ਲਈਏ ਤਾਂ ਉਹਨਾਂ 'ਤੇ ਕਾਫੀ ਇਲਜ਼ਾਮ ਲੱਗਦੇ ਨੇ ਤਾਂ ਉਹਨਾਂ ਬਾਰੇ ਤੁਸੀਂ ਕਿਵੇਂ ਦੇਖਦੇ ਦੇਖੋ ਜਿਨ੍ਹਾਂ ਨੇ ਕੀਤਾ ਹੈ ਭੁਗਤਣਾ ਉਹਨਾਂ ਨੂੰ ਚਾਹੀਦਾ ਮੈਂ ਤਾਂ ਇਸ ਤੋਂ ਬਾਅਦ ਤਾਂ ਕੁਛ ਨਹੀਂ ਕਹਿ ਸਕਦਾ ਜੇ ਆਪਾਂ ਕਹੀਏ ਕਿ ਉਸ ਵੇਲੇ ਪਰਚੇ ਘੱਟ ਦਰਜ ਹੋਏ ਉਸ ਵੇਲੇ ਕੁਛ ਹੋਏ ਜਦ ਸਰਕਾਰ ਨੇ ਉੱਤੋਂ ਸ਼ੈਲਟਰ ਕਰਤਾ ਤੇ ਪਰਚੇ ਕਿਸ ਤਰ੍ਹਾਂ ਦਰਜ ਹੋ ਸਕਦੇ ਮੈਂ ਉਹ ਇਕੱਲਾ ਸ਼ਖਸ ਹਾਂ ਜਿਸ ਬੰਦੇ ਨੇ ਨਸ਼ੇ ਦੇ ਖਿਲਾਫ਼ ਆਵਾਜ਼ ਚੁੱਕੀ ਸੀ ਔਰ ਉਸ ਵੇਲੇ ਆਵਾਜ਼ ਚੁੱਕੀ ਸੀ ਜਦ ਵਿਰਸਾ ਸਿੰਘ ਦੀ ਤੂਤੀ ਸਾਡੇ ਖੇਮਕਰਨ ਹਲਕੇ ਦੇ ਵਿੱਚ ਬੋਲਦੀ ਸੀ ਔਰ ਆਪਾਂ ਤਕੜੇ ਹੋ ਕੇ ਆਵਾਜ਼ ਚੁੱਕੀ ਆ ਤਕੜੇ ਹੋ ਕੇ ਕੰਮ ਕੀਤਾ ਆ ਅੱਜ ਜਿਹੜੀ ਪਾਲਿਸੀ ਤੁਹਾਨੂੰ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਜਾਂ ਹੋਰ ਵੱਖ ਵੱਖ ਥਾਵਾਂ 'ਤੇ ਜਿਹੜੀ ਦਵਾਈਆਂ ਮਿਲਦੀਆਂ ਨੇ ਇਹ ਮੈਂ ਸ਼ਾਇਦ ਤੁਹਾਡੇ 'ਚੋਂ ਕੋਈ ਪੱਤਰਕਾਰ ਭਰਾ ਉਸ ਵੇਲੇ ਤਰਨ ਤਾਰਨ ਹੋਊਗਾ ਜਦ ਕੌਫੀ ਵਿਦ ਕੈਪਟਨ ਦਾ ਦੌਰ ਚੱਲਿਆ ਸੀਗਾ ਮੈਂ ਉਹ ਬੰਦਾ ਸੀਗਾ ਜਿੱਥੇ ਇਸ ਮੈਂ ਉੱਥੇ ਇਹ ਗੱਲ ਕੀਤੀ ਸੀ ਕਿ ਕੈਪਟਨ ਸਾਹਿਬ ਤੁਸੀਂ ਕਹਿੰਦੇ ਹੋ ਕਿ ਮੈਂ ਨਸ਼ੇ ਦਾ ਲੱਕ ਤੋੜ ਦੂੰਗਾ ਇੱਕ ਮਹੀਨੇ 'ਚ ਖਤਮ ਕਰ ਦੂੰਗਾ ਅਤੇ ਮੈਂ ਉਸ ਟਾਈਮ 'ਤੇ ਉੱਠ ਕੇ ਗੱਲ ਕੀਤੀ ਸੀਗੀ ਕਿ ਕੈਪਟਨ ਸਾਹਿਬ ਤੁਸੀਂ ਤੋੜ ਸਕਦੇ ਹੋ ਤੁਸੀਂ ਕਰ ਸਕਦੇ ਹੋ ਪਰ ਜਿਹੜੇ ਸਾਡੇ ਵੀਰ ਭੈਣ ਭਰਾ ਇਸ ਡਰੱਗ ਦੇ ਵਿੱਚ ਫਸ ਚੁੱਕੇ ਆ ਉਹਨਾਂ ਨੂੰ ਸੰਭਾਲਣਾ ਕਿੱਦਾਂ ਆ ਇੰਨੀ ਤਾਂ ਜਗ੍ਹਾ ਆਪਣੇ ਕੋਲ ਹਸਪਤਾਲਾਂ 'ਚ ਨਹੀਂ ਹੈਗੀ ਇੰਨੀ ਜਗ੍ਹਾ ਆਪਣੇ ਕੋਲ ਕੋਈ ਆਪਣਾ ਕੋਈ ਨਸ਼ਾ ਮੁਕਤ ਕੇਂਦਰਾਂ ਦੇ ਵਿੱਚ ਨਹੀਂ ਹੈਗੀ ਇਹਨਾਂ ਨੂੰ ਸੰਭਾਲਾਂਗੇ ਕਿਵੇਂ
उस पॉलिसी के तहत जी दवाई जी शुरू हुई है इस वे ठीक है डॉक्टर्स की कमी रही है उन्होंने प्रॉपर सिस्टम के नाल नहीं चल सकया एक वक्री गल है पर जी दवाई मुहैया हुई है वह मेरी सोच के उत्ते कैप्टन साहब ने शुरू की थी जी। तो हुण अनूप जी विरसा सिंह वलटोआ लगातार थोड़े लोग हल्के दे भी कहिंदे ने भी मोहरी इहे रहे ने तो हुण उहनां दे नाल जे तुहाडा मुकाबला आउंदा टिकट तुहानूं मिलदी आ तां फिर विरोधी धिर नाल पार्टी विरोधी धिर नाल सिंह किवें फसणगे पूरे फसणगे जी अगे भी लड़ते रहे एक दूजे के खिलाफ गां भी लड़ांगे हुण तां फिर नाल भरा भी आ गया ये तो पार्ट लोका वेखना किधर चलना अच्छा जिवें लगातार कहे जाते भी इधरले पट्टी एरिए आप जिक्र कर रहे हैं हम जिवें चर्चा आदि ने भी गुरमुख सिंह जी पट्टी तो लड़न गए तो लगातार अंदर दल्ला भी आदि ने भी शायद हो सकता भी क्यारों परिवार भी है जोड़ा वो अकाली दल छड़ के बीजेपी शामिल होगा तो फिर इन्हों का आपसी छड़ के फिर गुरमुख सिंह फिर खेम करन तो जाएंगे ज पट्टी तो क्यारों साहब ही जे मान लो पहली गल तो मेरी उन्होंने कभी कोई इस गलते जिक्र नहीं होया ना मैं कभी उन्होंने मिलया इस गल ना वैसे भी कभी मिलया ये जो मैं समझदा कैरों साहब कभी भी अकाली दल नहीं छड्डणगे दूसरी गल रही ये तो कुल्ला जी आप दस सकते हैं कि वह संतुष्ट ने मेरे आने नाल कि नहीं आने पहल उन्होंने मगर मैं आया ना कि मेरे मगर वह आए इस करके मैं तो उन्होंने एक आपका छोटा भरा कह लो वड्डा भरा कह लो मैं तो मन के चलदा तो नाल लैके चलन वाली हमेशा गल करूँगा मैं कभी पाड़ो वाली राजनीति कभी नहीं की अज तक तो फिर अनूप जी जिवें हम लगातार आम आदमी पार्टी की गल कर लिए तो दावे बहुत आते हैं ठीक है बोल कहे भी जाते भी नौकरियां दे देंगे नशा खत्म कर दिता जाऊगा और ये ही जिमें पार्टी सतह के आई तो जो कांग्रसी लीडर से तुम कांग्रेस चो निकल गया मैं तो गल कर रहा भी जेडे कांग्रसी सरपंच से जिन्हों तो लोग कहें भी असं डाढ़े दुखी हाँ जिन्होंने साडे काम नहीं होने दिते जिन्ह ने साड़ियाँ गलिया नालियाँ नहीं बन दती उन्होंने तो लोग की कहें अं बदलाव चाहने के चक्कर आम आदमी पार्टी से गए हैं तो हम उ सरपंच फिर मोहरी होकर अगे लग गए वो तो बेचारे इस वे फसे पे आ कोई नरेगा च फसया है कोई किसी होर काम च फसया है आपकी जान लुका फिरते बेचारे उन्होंने कसूर कोई नहीं तो फिर आने वाली जड़ियाँ इलैक्शन उन्होंने की बनूगा आने वाला इलैक्शन जरा मैं तुम्हें बेनती करना है कि हमेशा लोगों ने पॉलिसी के उत्ते लड़ाई लड़नी होंगी है और आपके कैंडीडेट के सा देखने पैंदे है भी केड़ा केड़ा कैंडीडेट सामने आने वाला जो 27 वाला इलैक्शन होगा वो बंदा जितूगा जिहदा चेहरा मोहरा सब तो साफ सुथरा तो वधिया अक्स वाला होगा ये आने वाले समय के जी तुसी गल करदे हो मुख पार्टी भाजपा बन के उभरूगी ये मैनू आने वाला समा दूर तक दे सकदा अनूप जी जिवें तुसी कहा भी हो सकता भी बीजेपी की गल की सब तो मोहरी होगा पर दिल्ली अंदोलन दी यादां अजे कहिंदे भी ताजियां ने जख्म अजे अल्ले ने उत्थे इन्ने किसान शहीद होए कई अजे भी जेलां च बंद पए ने वह रिहा नहीं होए वह कहिंदे सी जे धरना थोड़ा होर लंबा चलदा सी जिहड़े कागज साढ़े रह गए सी कार्ज वह भी पूरे करके आने सी और जे कांग्रेस की गल करदे आ तो वह कहिंदे भी साढ़े 84 वाले जख्म अजे अल्ले ने तो पहला उधर तुसी वह चीज़ां फेस कीतियां हुण बीजेपी दे जिहड़े वह कह लो भी उहदे उपर चादर पाउणी है जख्मां दे उपर किवें पाऊ चाहे कोई भी आपां गल कर लईए हर गल दा मसला जिहड़ा मेज ते बहि के हल हुंदा है टेबल टॉक हमेशा करनी चाहिए है लड़ाई जिन्नी मर्जी आप लड़ लीए जिन्ना चिर तक आप मेज़ पर नहीं बैठा उन्ना चिर तक वह हल नहीं निकलना सारे वेलकम है जिदा जो भी कोई सुझाव है वो जितों तक भी उस पहुँचा उतों तक उन्होंने दसना चाहिए है और वो जो लीडर आ चाहे बीजेपी का कोई लीडर आ चाहे कोई होर किसान जथेबंद लीडर आ वो आपस बह के डिस्कस करना चाहिए कि आई प्रॉब्लम है इनू इस तरीके हल करना चाहिए कभी भी कोई भी बाप कह लो प्रधानमंत्री एक बाप हुंदा है या माँ हुंदी है वो कभी भी आपके बच्चों दुखी नहीं वेख सकती तो हुण जिवें तुसीं कहे दुखी नहीं देख सकते पर सीएम मान साहब के दो तीन जिहड़े कह लो छेते ला लो जां दो तीन मंत्री ला लो वो विजिलेंस ने चक ले तो उन्हां दा बयान आया जी किसी ते भी तरस ते किसी ते विरहम नहीं कीता जाऊगा तो जे वो कानून की उलंघना करनगे तो फिर पुलिस वाले तो चक्कणगे ना जी आपदी आपदा जो भी उन्होंने गलती की थी है तो वह भुगतना तो पेगा कानून हर एक वास्ते एक ही है चाहे वह अमीर है चाहे वह गरीब है चाहे वह मंत्री है चाहे वह संतरी है कानून तो हर एक वास्ते एक ही है। अच्छा अनूप जी तुम किमें देखते हो भी हूँ जिन्हों के हाथों लगामा ने तो की वह घोड़ा सिरे तक ला लेंगे किहड़ी पार्टी की गल करते हो जे आप सत्ता दे विच पार्टी जी इहदी जिक्र कर लीए मैं नहीं समझता जी मैं नहीं समझता की कारण लोगों के विचरना लोगों की आसा ते ना पूरे उतरना इस करके पार्टी सिरे नहीं ला सकती मैनू भी ऑफर सी ज्वाइन करन दियां
आम पार्टी मैं पिछला पार्लीमेंट के इलेक्शन भी टिकट देंदे सी मेरे को किसी बंदे ने अप्रोच की सी इस बार भी एक दो बंदे ने विधानसभा वास्ते भी अप्रोच की सी मैं उन्होंने जवाब दिता सी मेरी सोच थोड़े नाल नहीं रलती इस करके मैं थोड़े नाल नहीं ज्वाइन कर अच्छा फिर थोड़ा हूँ बीजेपी की है जहाँ वक्रा लगा डिसिप्लिन फोर्स के मैं काम करने वाला बंदा जी तो डिसिप्लिन रह के मैं काम करने वाला बंदा ये पार्टी के डिसिप्लिन है और उस डिसिप्लिन तो बाहर जे कोई भी गल करता है तो उस बंदे नूं बाहर का रस्ता दिखाया जाता है जे मैं मिसाल के तौर पर तुहाडे नाल गल करा तो अपना जसवंत सिंह एक्सटरनल अफेयर मिनिस्टर रहे सी उन्हां नूं टिकट नहीं सी दित्ती गई दूसरी बार और जे एडे वड्डे बंदियां दीआं उह डिसिप्लिन च ना रहण करके टिकटां कट्टियां जा सकदियां ते असीं ते हाली नर्सरी क्लास च पए आ बीजेपी दे विच असीं ते इह चीज़ां सोच के करांगे ना पर हुण तां आम आदमी पार्टी भी इन्हां पक्खों तां सख्त होई पई है जिहड़ा लीडर गलत करदा जां करप्शन करदा उहनूं चक के बाहर मार देण जिन्ना चिर तक रिजल्ट नहीं आउणगे ना जी उहनां चिर तक कुछ सामने तस्वीर दिखूगी नहीं तुहानूं तो हूँ अनूप जी जिवें लगातार बीजेपी पंजाब दे विच मैं पहला भी सवाल किया सी भी दिल्ली वाले जख्म भुले नहीं तो हूँ उन्होंने जोड़ा तुम अपना बार्डर एरिया बार्डर बैल्ट आ भी बाले किसान इतों हुए ने सब तो मोहरी भी जी किसान मजदूर संघर्ष कमेटी सब तो अगे से माझे वाले बिल्कुल तो वो अजे भी कहें भी साड़िया वो चीज़ा पूरी नहीं हुई अभी बीजेपी आन नहीं देनी सत्ता दे तो भरावान की चीज़ है मैं नहीं कहता उन्होंने कोई गलत विचार से या उन्होंने कोई आपकी चीज़ लागू होने तो रह गई जे कोई चीज मैं अगे भी बेनती की है कोई रह गई तो हमेशा मेज से बह के हल करना चाहिए आ उस तरह हल कति भी नहीं निकल सकता अच्छा फिर हूँ जे थोड़े नाल दे वर्कर ने जी थोड़ी मगर थोड़ी जड़ा सी क्योंकि मोस्टली तुसी पावर अगे होंगे चाहे फादर साहब सी पर कलम थोड़ी चलती होंगी सी जो चलनी फिर थोड़े प्यार भी लोगों थोड़े नाल ज्यादा होगा हूँ वो लोग थोड़े मगर बीजेपी जाने रेडी हो गए ये तो वक्त दसूगा जो मैनू देख रहा है अज की तरीक दे एक तूफान आऊगा खेमकरन हल्के दे विच और वह तूफान ना अकालिया तो रोकया जाना है ना आम आदमी तो रोकया जाना है ना कांग्रेस तो रोकया जाना ये मैं दावे नाल कह सकदा मतलब वो तूफान का नाम की होगा जी अनूप सिंह पुलर ये मैनू नहीं पता जी ये तो पार्टी नूं पता जी कि बीजेपी के नाते काम करांगे पूरा अच्छा होर की सुनेहा देना चाहोगे मेरा सुनेहा यही है जी सारिया भरावां नूं सुख ते शांति जिहड़ी आ उह बना के रखनी चाहिए है और हमेशा टेबल ते बह के सारी गलबात करो और जिहड़ी आपां हीरोइन ते स्मैक दी ग्रस्त विच अपनी आने वाली जनरेशन फस गई आ इहनूं इस जंजाल दे विचों बाहर कढ के लैके जाओ मेरा संदेश सारे भैण भरावां नूं इही आ तां इह लगातार जिवें हुण मैं लास्ट ला सवाल इह भी लगातार सरकार हुण भी कहिंदी आ रही है भी असीं आह चीज़ करांगे पर उह उपरों तां प्रैशर पूरा हैगा हुण थल्ले जिहड़ी मतलब पुलिस लैवल ते कम जिहड़ा हुंदा जी उह नहीं अग्गे करदे ये सारा पुलिस कल्ली कुछ नहीं कर सकती जी जिन्ना चिर तक लोगों को जागृत नहीं किया जाऊगा जिन्ना चिर तक आने वाली पीढ़ी नू यूथ नू तां मोटिवेट नहीं किया जाऊगा उन्नी देर तक इहदा हल नहीं निकलना और इस मुद्दे वास्ते जो मेरी सेंट्रल लीडरशिप नाल गल हुई आ उतले पद्धर ते कई गल्लां होईयां ने उस मुद्दे नू जे आपां लैके चलांगे तो आने वाले समय तुम देखोगे किड्डे वड्डे पद्धर से बीजेपी इस चीज़ को मोटीवेट करके बाहर लेके आओगी जी बिल्कुल अनूप जी समय देने बहुत बहुत धन्यवाद धन्यवाद जी सो बिल्कुल जी इस तरह साड़ी कोशिश होंगी है भी जिहड़े नवे चेहरे ने जां जिन्होंने सियासत वास्ते कुछ किया राजनीति लिए चंगी सोच रखते हैं उन्होंने थोड़े रूबरू पेश करते रहे अनूप जी ने अपना कीमती समय दिता आस करते हैं गलबात वधिया लगी होगी अनूप जी जाते यार फिर सर सत श्री अकाल जी